मकान भी ढहा पिया बंदा की सोच सकता इस बात ਕਿੰਨਾ ਕੁ ਬੰਦਾ ਕੁਛ ਕਰ ਸਕਦਾ ਅੱਜ ਤਾਂ ਚੱਕਣਾ ਵੀ ਸਾਨੂੰ ਮੁਸ਼ਕਲ ਲੱਗਦਾ ਕਿ ਕਿਹੜੇ ਸਾਹ ਨਾਲ ਟੱਕ ਚੱਕਿਆ ਜਾਊਗਾ ਡਿੱਗਿਆ ਵੇਖ ਵੇਖ ਕੇ ਡਰ ਆਉਂਦਾ ਨਾ ਡਰ ਆਉਂਦਾ ਬਾਈ ਜੀ ਵੇਖ ਕੇ ਅੱਖਾਂ ਚੋਂ ਨਹੀਂ ਇੰਨਾ ਦਿਨ ਨਾ ਰਾਤ ਬਾਈ ਜੀ ਇਹਨੂੰ ਵੇਖੀ ਇੰਨੇ ਕੀ ਹੋ ਗਿਆ ਤੇ ਕੀ ਬਣੂਗਾ ਕੀ ਨਹੀਂ ਬਣੂਗਾ ਬਾਪੂ 8 ਸਾਲ ਪਹਿਲਾਂ ਬਾਪੂ ਦੀ ਮੌਤ ਹੁੰਦੀ ਹੈ ਅਤੇ ਬਾਪੂ ਨੇ ਇਕੱਠਾ ਹੀ ਸਾਰਾ ਇੱਕੋ ਜਿਹਾ ਮਕਾਨ ਪਾ ਕੇ ਕੋਈ ਕਮੀ ਨਹੀਂ ਸੀ ਮਕਾਨ ਦੇ ਵਿੱਚ ਕੋਈ ਇੱਕ ਕੈਬਨ ਲਾਉਣ ਬੰਨੀ ਉਹ ਵੀ ਨਹੀਂ ਛੱਡਿਆ ਸੀ ਜਿਹੜਾ ਗਾ ਜਵਾਕਾਂ ਨੂੰ ਦੱਸਿਆ ਯਾਰ ਸਾਡੇ ਬਾਪੂ ਨੇ ਸਾਡੇ ਲਈ ਆਹ ਕੁਛ ਬਣਾ ਕੇ ਗਿਆ ਸੀ ਅਤੇ ਅਸੀਂ ਅੱਜ ਕੀ ਦੱਸ ਸਕਦੇ ਹਾਂ ਕੀ ਕਹਿੰਦਾ ਜਵਾਕਾਂ ਨੂੰ ਕਹਾਂਗੇ ਕਿ ਸਾਡਾ ਬਾਪੂ ਆਹ ਕਰਕੇ ਗਿਆ ਸੀ ਪਹਿਲਾਂ ਤਾਂ ਮਕਾਨ ਇੱਟਾਂ 'ਤੇ ਖੜਾ ਕੀਤਾ ਸੀ 2 ਸਾਲ ਬਾਅਦ ਇਹਨੂੰ ਵੀ ਪਲਸਤਰ ਕੀਤਾ ਫਿਰ 1.5-2 ਸਾਲ ਬਾਅਦ ਫਰਸ਼ ਲਾਈ 1.5-2 ਸਾਲ ਮੰਨ ਕੇ ਚਲੋ ਲੱਗ ਜਾਂਦੇ ਆ ਜੋੜੀਆਂ ਲਾਈਆਂ ਅਤੇ 8 ਸਾਲਾਂ 'ਚ ਤਾਂ 9 ਸਾਲਾਂ 'ਚ ਤਾਂ ਖੜਾ ਕੀਤਾ ਸੀ ਮਕਾਨ ਮਕਾਨ ਵੀ ਢਿਹਾ ਪਿਆ ਤਾਂ ਬੰਦਾ ਕੀ ਸੋਚ ਸਕਦਾ ਇਸ ਤੋਂ ਬਾਅਦ ਕਿੱਦਾਂ ਕੁ ਬੰਦਾ ਕੁਛ ਕਰ ਸਕਦਾ ਅੱਜ ਤਾਂ ਚੱਕਣਾ ਵੀ ਸਾਨੂੰ ਮੁਸ਼ਕਲ ਲੱਗਦਾ ਕਿ ਕਿਹੜੇ ਸਾਹ ਨਾਲ ਟੱਕ ਚੱਕਿਆ ਜਾਊਗਾ ਡਿੱਗਿਆ ਵੇਖ ਵੇਖ ਕੇ ਡਰ ਆਉਂਦਾ ਨਾ ਡਰ ਆਉਂਦਾ ਬਾਈ ਜੀ ਵੇਖ ਕੇ ਅੱਖਾਂ ਚੋਂ ਨਹੀਂ ਇੰਨਾ ਦਿਨ ਨਾ ਰਾਤ ਬਾਈ ਜੀ ਇਹਨੂੰ ਵੇਖੀ ਇੰਨੇ ਕੀ ਹੋ ਗਿਆ ਤੇ ਕੀ ਬਣੂਗਾ ਕੀ ਬਣੂਗਾ ਦੋਨਾਂ ਭਰਾਵਾਂ ਦਾ ਇਕੱਠੇ ਮਕਾਨ ਸੀ ਸਾਰਾ ਇਕੱਠੇ ਢਹਿ ਗਿਆ ਨਾ ਇਕੱਠੇ ਹੀ ਢਹਿ ਗਿਆ ਜੀ ਬਾਪੂ ਨੇ ਪਹਿਲਾਂ ਪਾ ਕੇ ਗਿਆ ਹੋਇਆ ਸੀ ਬਾਪੂ 8 ਸਾਲ ਪਹਿਲਾਂ ਬਾਪੂ ਦੀ ਮੌਤ ਹੁੰਦੀ ਹੈ ਅਤੇ ਬਾਪੂ ਨੇ ਇਕੱਠਾ ਹੀ ਸਾਰਾ ਇੱਕੋ ਜਿਹਾ ਮਕਾਨ ਪਾ ਕੇ ਕੋਈ ਕਮੀ ਨਹੀਂ ਸੀ ਮਕਾਨ ਦੇ ਵਿੱਚ ਕੋਈ ਇੱਕ ਕੈਬਨ ਲਾਉਣ ਬੰਨੀ ਉਹ ਵੀ ਨਹੀਂ ਛੱਡਿਆ ਸੀ ਕਿ ਉਹਨੇ 5-7 ਸਾਲਾਂ 'ਚ ਸਾਰਾ ਅੰਦਰੋਂ ਕੰਪਲੀਟ ਕਰਤਾ ਸੀ ਲਾਸ਼ ਜੋੜੀਆਂ ਕੋਈ ਲਵਾਰੀ ਕੁਛ ਨਹੀਂ ਛੱਡਿਆ ਸੀ ਅਤੇ ਅੱਜ ਬੈਠੇ ਢੇਰੀ ਆ ਬਾਪੂ ਦੀਆਂ ਇੱਕ ਉਮੀਦਾਂ ਸੀ ਜਿਹੜੀਆਂ ਯਾਦਾਂ ਜੁੜ ਗਈਆਂ ਸੀ ਜਿਹੜਾ ਗਾ ਜਵਾਕਾਂ ਨੂੰ ਦੱਸਿਆ ਯਾਰ ਸਾਡੇ ਬਾਪੂ ਨੇ ਸਾਡੇ ਲਈ ਆਹ ਕੁਛ ਬਣਾ ਕੇ ਗਿਆ ਸੀ ਅਤੇ ਅਸੀਂ ਅੱਜ ਕੀ ਦੱਸ ਸਕਦੇ ਹਾਂ ਕੀ ਕਹਿੰਦਾ ਜਵਾਕਾਂ ਨੂੰ ਕਹਾਂਗੇ ਕਿ ਸਾਡਾ ਬਾਪੂ ਆਹ ਕਰਕੇ ਗਿਆ ਸੀ ਹੈ ਬਾਈ ਜਿਹੜੀ ਪੈਲੀ ਵਗੈਰਾ ਠੇਕੇ 'ਤੇ ਵੀ ਲੈਂਦੇ ਬਈ ਆਪਦੀ ਉਹਦੇ 'ਤੇ ਕਰਦੇ ਸੀਗੇ ਸਾਰਾ ਬਾਈ ਜੀ ਠੇਕੇ 'ਤੇ ਵੀ ਲੈਂਦੇ ਹਾਂ ਠੇਕੇ ਵਾਲੀ ਵੀ ਉਹ ਡੁੱਬੀ ਖੜੀ ਆ ਬਈ 70-70 ਹਜ਼ਾਰ ਰੁਪਇਆ ਦੇ ਕੇ ਪਰ ਉਹਦੇ 'ਚ ਮਨ ਸਮਝਾਇਆ ਕਿ ਜਿਹੜਾ ਕੁਛ ਹੋ ਗਿਆ ਕੁਦਰਤ ਦੇ ਲੋਕਾਂ ਦੇ ਨਾਲ ਆ ਜੋ ਕਰ ਗਿਆ ਹੋ ਗਿਆ ਕਿ ਉਹਦੇ 'ਤੇ ਆਪਾਂ ਕੁਛ ਨਹੀਂ ਕਰ ਸਕਦੇ ਠੀਕ ਹੈ ਨਰਮੇ ਦੇ ਰੇਟ ਹੈ ਨਹੀਂ ਸੀ ਨਰਮਾ ਮਰਿਆ ਜਿਹੜਾ ਹੋਇਆ ਉਹ ਰੇਟ ਦੇ ਝਾਕੀ ਜਾਂਦੇ ਸੀ ਉਹ ਤੁਹਾਡੇ ਸਾਹਮਣੇ ਕਵਰੇ 'ਚ ਪਿਆ ਜਿਹੜਾ ਕਿ ਅੱਜ ਮੌਤ ਦੇ ਮੂੰਹ ਵਿੱਚ ਬੰਦਾ ਜਿਵੇਂ ਹੁੰਦਾ ਫਸਲ ਆ ਨਾ ਉਹ ਕੱਢ ਸਕਦਾ ਅਤੇ ਡਰ ਲੱਗੀ ਜਾਂਦਾ ਕਿ ਵਿੱਚੇ ਰਹਿ ਜੂੰਗਾ ਜੇ ਉਹ ਮੈਂ ਨਰਮਾ ਕੱਢ ਦਿੰਦਾ ਬਾਈ ਕੀ ਬੰਦਾ ਕਰ ਸਕਦਾ ਜਿਹੜੀ ਸਾਲ ਦੀ 6 ਮਹੀਨੇ ਦੀ ਖੇਤੀ ਪਈ ਆ ਉਹ ਵੀ ਅੰਦਰ ਪਈ ਆ ਅਤੇ ਹੋਰ ਉਮੀਦਾਂ ਬੰਦਾ ਕੀ ਕਰ ਸਕਦਾ ਇਸ ਤੋਂ ਬਾਅਦ ਤਾਂ ਕੁਛ ਨਹੀਂ ਬਾਈ ਸੋਚ ਸਕਦਾ ਬੰਦਾ ਕੀ ਅਪੀਲ ਹੈ ਸਰਕਾਰ ਪ੍ਰਸ਼ਾਸਨ ਤੋਂ ਬਾਈ ਜੀ ਸਰਕਾਰ ਤੋਂ ਮੈਨੂੰ ਇਹ ਅਪੀਲ ਆ ਕਿ ਇਹੀ ਆਸ ਆ ਕਹਿ ਤਾਂ ਦਿੰਦੇ ਆ ਸਰਕਾਰਾਂ ਕਹਿ ਦਿੰਦੇ ਅਸੀਂ ਬੜਾ ਕੁਛ ਕਰਦੇ ਹਾਂ ਪਰ ਅੱਜ ਸਰਕਾਰਾਂ ਦੇ ਸਾਹਮਣੇ ਆ ਸਾਰਾ ਮੀਡੀਆ ਦੇ ਵਿੱਚ ਸਾਰਾ ਪਤਾ ਚੱਲੀ ਜਾਂਦਾ ਕੀ ਹੋਇਆ ਅਤੇ ਅੱਗੇ ਉਮੀਦ ਰੱਖਦਾ ਕਿ ਆਉਣ ਵਾਲੀ ਸਾਡੀ ਸਰਕਾਰ ਇਹ ਸਾਡੇ ਲਈ ਕੀ ਕਰਦੀ ਹੈ ਕਿਉਂਕਿ ਉਮੀਦਾਂ ਸਾਨੂੰ ਬਹੁਤ ਜ਼ਿਆਦਾ ਇਹ ਸਰਕਾਰ ਤੋਂ ਜਿਹੜੀ ਕਿ ਆਪ ਉਂਗਲ ਰੱਖ ਕੇ ਬਣਾਈ ਵੀ ਹੈ ਪਰ ਅੱਜ ਅਸੀਂ ਵੇਖਦੇ ਹਾਂ ਸਰਕਾਰਾਂ ਕੀ ਕਰਦੀਆਂ ਠੀਕ ਆਪਣੇ ਕੋਲ ਜ਼ਿਆਦਾ ਕੁਛ ਤਾਂ ਹੁੰਦਾ ਨਹੀਂਗਾ ਕਿ ਖੇਤੀ ਹੁੰਦੀ ਹੈ 6 ਮਹੀਨਿਆਂ ਬਾਅਦ ਹੁੰਦੀ ਹੈ ਨਾ ਕਿ ਪਹਿਲਾਂ ਤਾਂ ਤੁਹਾਨੂੰ ਪਤਾ ਫਸਲਾਂ ਨਰਮੇ ਬੀਜਦੇ ਹੁੰਦੇ ਸੀ ਪਹਿਲਾਂ ਨਰਮੇ ਦੀ ਖੇਤੀ ਹੁੰਦੀ ਸੀ ਕਦੇ ਗੜੇ ਮਾਰੇ ਹੋ ਗਏ ਕਿਤੇ ਨਰਮੇ ਮਰ ਗਏ ਕਿਤੇ ਚੰਗੇ ਬੀਜ ਨਹੀਂ ਆਏ ਹੁਣ ਤੱਕ ਮਾਰਾਂ ਹੀ ਚੱਲਦੇ ਆਏ ਹਾਂ ਬਾਈ ਅਤੇ ਹੌਲੀ ਹੌਲੀ ਪਹਿਲਾਂ ਤਾਂ ਮਕਾਨ ਇੱਟਾਂ 'ਤੇ ਖੜਾ ਕੀਤਾ ਸੀ 2 ਸਾਲ ਬਾਅਦ ਇਹਨੂੰ ਵੀ ਪਲਸਤਰ ਕੀਤਾ ਫਿਰ 1.5-2 ਸਾਲ ਬਾਅਦ ਫਰਸ਼ ਲਾਈ 1.5-2 ਸਾਲ ਮੰਨ ਕੇ ਚਲੋ ਲੱਗ ਜਾਂਦੇ ਆ ਜੋੜੀਆਂ ਲਾਈਆਂ ਕਿ 8 ਸਾਲਾਂ 'ਚ ਤਾਂ 9 ਸਾਲਾਂ 'ਚ ਤਾਂ ਖੜਾ ਕੀਤਾ ਸੀ ਮਕਾਨ ਕਿ ਐਡੇ ਤਾਂ ਆਪਾਂ ਹੈ ਨਹੀਂ ਕਿ ਤੁਹਾਨੂੰ ਪਤਾ ਲੋਨ ਜਿਵੇਂ ਕਿੰਨੀ ਕੁ ਬੱਚਤ ਹੁੰਦੀ ਹੈ ਕਿੰਨਾ ਕੁ ਫਸਲਾਂ ਤੋਂ ਬਚਣਾ ਤਾਂ ਆਪਾਂ ਨੂੰ ਵੀ ਪਤਾ ਇੱਕ ਤਾਂ ਆਪਦੀ ਜ਼ਮੀਨ ਬਾਹਲੀ ਜ਼ਿਆਦਾ ਹੁੰਦੀ ਠੇਕੇ 'ਤੇ ਲੈ ਕੇ ਬਈ ਟਾਈਮ ਪਾਸ ਕਰਦੇ ਹਾਂ ਆਪਾਂ ਅਤੇ ਟਾਈਮ ਪਾਸ ਕਰਦੇ ਹੁਣ ਤੁਹਾਨੂੰ ਪਤਾ ਵੀ ਫਸਲਾਂ ਦਾ ਸਾਹਮਣੇ ਦਿੱਸੀ ਪਈਆਂ ਸਾਰਿਆਂ ਦੀਆਂ ਮਰੀਆਂ ਟੁੱਟਲੀ ਮਰੀਆਂ ਪਈਆਂ ਇੱਕ ਭਲਾਈਆਂ ਦੇ ਵਿੱਚ ਤਾਂ ਸਭ ਤੋਂ ਵੱਧ ਹੀ ਨੁਕਸਾਨ ਹੋਇਆ ਇੱਥੇ ਗੜੇ ਮਰੀ ਬਹੁਤ ਜ਼ਿਆਦਾ ਸੀ ਅਤੇ ਪਾਣੀ ਵੀ ਬਹੁਤ ਜ਼ਿਆਦਾ ਸੀ ਹੁਣ ਜਦੋਂ ਫਸਲਾਂ ਹੀ ਮਰ ਗਈਆਂ ਤਾਂ ਬਈ ਰੱਬ ਨੇ ਤਾਂ ਜਿਹੜਾ ਦਿੱਤਾ ਹੀ ਮਕਾਨ ਉਹ ਵੀ ਖੋਲਿਆ ਯਾਰ ਮਿਹਨਤ ਕਰਨ ਵਾਲੇ ਬੰਦੇ ਆ ਬਈ ਯਾਰ 24 ਘੰਟਿਆਂ 'ਚ 16 ਘੰਟੇ ਮਿਹਨਤ ਕਰਨ ਦਾ ਜਜ਼ਬਾ ਰੱਖਦਾ ਕਿਸੇ ਅੱਗੇ ਹੱਥ ਮੈਂ ਕਦੇ ਅੱਡਣਾ ਨਹੀਂ ਚਾਹੁੰਦਾ ਕਿਸੇ ਤੋਂ ਕੁਛ ਮੰਗਣਾ ਨਹੀਂ ਚਾਹੁੰਦਾ ਅੱਜ ਤੱਕ ਕੀਤਾ ਜਿਹੜਾ ਕੋਈ ਮਿਹਨਤ ਨਾ ਕੀਤਾ ਪਰ ਰੱਬ ਨੇ ਜਮਾਂ ਧੱਕਾ ਕਰ ਗਿਆ ਯਾਰ ਜਮਾਂ ਹੀ ਮਾਰ ਗਿਆ ਹੁਣ ਜਮਾਂ ਹੀ ਹੈ ਨਹੀਂ ਬਈ ਸਿਰ ਢੱਕਣ ਨੂੰ ਥਾਂ ਪਰ ਸਿਰ ਢੱਕਣ ਤੁਹਾਨੂੰ ਦੱਸੀ ਜਾਂਦੇ ਵੀ ਜਦ ਆਹ ਮਕਾਨ ਸੀ ਇੱਦਾਂ ਦਰਵਾਜ਼ਾ ਸੀਗਾ ਜਦੋਂ ਉਹ ਵੀ ਡਿੱਗੇ ਪਿਆ ਹੁਣ ਇੱਧਰ ਉੱਤੇ ਰਿਹਾ ਸਾਡੇ ਕੋਲ ਕੀ ਗਿਆ ਮਿਹਨਤ ਕਰਨ ਵਾਲੇ ਹੁਣ ਮਿਹਨਤ ਤੁਹਾਨੂੰ ਪਤਾ ਹੀ ਕਿ ਫਸਲ ਸੀ ਫਸਲ ਜਿਹਦੀ 6 ਮਹੀਨੇ ਬਾਅਦ ਆਊਗੀ ਆਪਾਂ ਉਹ ਕਰਾਂਗੇ ਹੈ ਨਾ ਅਤੇ ਫਸਲ ਆ ਜਿਹੜੀ ਉਹ ਵੀ ਬਈ ਜਮਾਂ ਤਬਾਹ ਹੋਈ ਪਈ ਆ ਹੋਰ ਵੀ ਸਾਡੇ ਪਿੰਡ 'ਚ ਦੋ ਬੰਦਿਆਂ ਦੀ ਤਾਂ ਜਮਾਂ ਹੀ ਮਾਰੀ ਗਈ ਯਾਰ 20-20 ਕਿੱਲੇ ਠੇਕੇ 'ਤੇ ਲਈ ਸੀ ਆਪਦੀ ਪੂੰਜੀ 3-4 ਕਿੱਲੇ ਪੈਲੀ ਜਾਂਦੇ ਕਿੰਨੀ ਕੁ ਹੁੰਦੀ ਤੈਨੂੰ ਵੀ ਪਤਾ ਬਈ
ਉਹ ਸਾਰੀ ਫਸਲ ਮਾਰੀ, ਕਿਸੇ ਨੂੰ ਅਟੈਕ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ, ਸਾਰਿਆਂ ਨੂੰ ਹੋਈ ਜਾਂਦਾ ਬਈ ਯਾਰ ਕੀ ਕਰੂ ਬੰਦਾ। ਫਸਲ ਤਾਂ ਉਮੀਦਾਂ ਹੁੰਦੀਆਂ ਬਈ 6 ਮਹੀਨਾ ਬਾਅਦ ਆਪਾਂ ਉਹ ਕਰਾਂਗੇ, ਸੋਚਿਆ ਸੀ ਉਹ ਕਰਾਂਗੇ ਯਾਰ, ਹੈ ਨਾ, ਅਤੇ ਐਂ ਨਹੀਂ ਪਤਾ ਆਪਣੇ ਨਾਲ ਪਰਮਾਤਮਾ ਨੇ, ਪਰ ਸ਼ੁਕਰ ਇੰਨਾ ਪਰਮਾਤਮਾ ਦਾ ਇਹ ਵੀ ਕਰਦੇ ਹਾਂ ਕਿ ਜਾਨੋਂ ਬਚ ਗਏ। ਇਹ ਦੋਵਾਂ ਭਰਾਵਾਂ ਦਾ ਇਕੱਠਾ ਹੀ ਸੀ ਘਰ ਦੋਵਾਂ ਦਾ? ਬਈ ਸਾਡੀ ਛੱਤ ਇੱਕ ਹੀ ਸੀ ਦੋਨੇ ਭਰਾਵਾਂ ਦੀ, ਦੋਨੇ ਭਰਾਵਾਂ ਨੇ ਇਕੱਠਾ ਹੀ ਪਾਇਆ ਸੀ ਅਸੀਂ ਮਕਾਨ, ਉਦੋਂ ਬਾਅਦ 'ਚ ਅਸੀਂ ਅੱਡੋ ਅੱਡ ਹੋ ਗਏ ਸੀ, ਵਿਚਾਲੇ ਕੰਧ ਹੀ ਕੱਢੀ ਸੀ ਇਕੱਲੀ, ਇੱਕ ਹੀ ਡਾਟਾ ਸਾਨੂੰ ਇੱਕ ਹੀ ਛੱਤ ਇਕੱਠੀ ਪਾਈ ਹੋਈ ਸੀ ਉਹਨਾਂ ਜਦੋਂ ਪਾਈ ਸੀ। ਨੁਕਸਾਨ ਦੀ ਗੱਲ ਕਰ ਲਈਏ ਬਈ ਕਿੰਨਾ ਕੁ ਸਮਝਦੇ? ਨੁਕਸਾਨ ਤਾਂ ਘੱਟੋ ਘੱਟ ਬਈ ਮੇਰੇ ਹਿਸਾਬ ਨਾਲ 15-16 ਲੱਖ ਦਾ ਨੀਅਰ ਬੋਟ ਨਾਮ ਨਾਲ ਹੀ ਲੱਗਿਆ ਹੀ ਹੋਊਗਾ, ਕਿ ਟੋਟਲ ਇੱਟ ਤੋਂ ਲੈ ਕੇ ਹਰੇਕ ਨਵਾਂ ਮਕਾਨ ਬਣਾਇਆ ਸੀ, ਬਣਾਇਆ ਤਾਂ ਬਹੁਤ ਟਾਈਮ ਬਾਅਦ ਸੀ, ਨਾਲ ਜੋੜੀਆਂ ਤੋਂ ਲੈ ਕੇ ਪੱਥਰ ਤੱਕ ਹਰੇਕ ਸ਼ੋਕੇਸ਼ ਤੱਕ ਹਰੇਕ ਚੀਜ਼ ਕੋਈ ਕੰਪਲੀਟ ਕਰੀ ਸੀ, ਕੋਈ ਇਹੋ ਜਿਹੀ ਚੀਜ਼ ਅਧੂਰੀ ਨਹੀਂ ਸੀ। ਅੱਜ ਮੇਰੇ ਕੋਲ ਆਹ ਰਸੋਈ ਮੈਂ ਬਾਅਦ 'ਚ ਪਾਈ ਅੱਡ ਹੋ ਕੇ, ਉਦੋਂ ਬਾਅਦ ਰਸੋਈ ਅਤੇ ਬਾਥਰੂਮ ਬਣਾਇਆ ਸੀਗਾ। ਪਹਿਲਾਂ ਸਾਡਾ ਬਾਥਰੂਮ ਰਸੋਈ ਉੱਧਰ ਸੀ, ਸਾਲ ਪਹਿਲਾਂ ਰਸੋਈ ਅਤੇ ਬਾਥਰੂਮ ਵੀ ਉਹ ਵੀ ਡਿੱਗ ਪਿਆ ਸੀਗਾ, ਉਦੋਂ ਮੇਰੀ ਮੰਮੀ ਵਿੱਚ ਸੀ, ਬਸ ਉਹ ਬਾਹਰ ਆਉਂਦੀ ਗਈ ਅਤੇ ਮਕਾਨ ਡਿੱਗਦਾ ਗਿਆ, ਰਸੋਈ ਅਤੇ ਬਾਥਰੂਮ ਸਾਲ ਪਹਿਲਾਂ ਡਿੱਗ ਪਿਆ ਸੀਗਾ ਬਣਿਆ ਬਣਾਇਆ। ਕੀ ਸਰਕਾਰ ਨੂੰ ਕੀ ਅਪੀਲ ਹੈ ਸਰਕਾਰ ਪ੍ਰਸ਼ਾਸਨ ਤੋਂ? ਸਰਕਾਰ ਪ੍ਰਸ਼ਾਸਨ ਤੋਂ ਕੁਛ ਵੀ ਕਹਿ ਸਕਦੇ ਹਾਂ ਵੀ ਬਹੁਤੀਆਂ ਵੱਡੀਆਂ ਉਮੀਦਾਂ ਤਾਂ ਹੁੰਦੀਆਂ ਨਹੀਂ, ਅਸੀਂ ਸਿਆਸੀ ਰੋਟੀਆਂ ਸਿੱਖਣੀਆਂ ਹੁੰਦੀਆਂ, ਹੈ ਨਾ, ਉਮੀਦ ਤਾਂ ਇਹੀ ਕਰਦੇ ਹਾਂ ਕਿਉਂਕਿ ਮਦਦ ਤਾਂ ਉਹ ਜੀ ਕਰੇ, ਜੇ ਜਲੀਲ ਵੀ ਕਰਨ ਵਾਲੇ ਹੁੰਦੇ, ਤੁਹਾਨੂੰ ਪਤਾ ਹੀ ਅੱਜ ਤੱਕ ਨਰਮਿਆਂ ਦੇ ਮੁਆਵਜ਼ੇ ਅਤੇ ਕਣਕਾਂ ਦਾ ਕੀ ਕੁਛ ਆਇਆ, ਹੈ ਨਾ, ਉਦੋਂ ਪਹਿਲਾਂ ਆਉਂਦੇ ਕਿਸੇ ਨੂੰ 50 ਰੁਪਏ ਨਾਲ ਚੱਕ, ਕਿਸੇ ਨੂੰ 250 ਦਾ, ਕਿਸੇ ਨੂੰ 1000 ਦਾ, 2000 ਦਾ, ਕੁਛ ਹੁੰਦਾ ਰਹਿੰਦਾ, ਪਰ ਫਿਰ ਵੀ ਉਮੀਦਾਂ ਹੁੰਦੀਆਂ, ਹੈ ਨਾ, ਆਪਾਂ ਤੋਂ ਸਰਕਾਰ ਨੂੰ, ਸਰਕਾਰ ਕੁਛ ਕਰੇ, ਉਹ ਸਾਡੇ ਸਾਹਮਣੇ ਪਤਾ ਨੁਕਸਾਨ ਕੀ ਹੋਏ ਅਤੇ ਸਰਕਾਰ ਕੀ ਕਰੂ, ਹਜੇ ਤੱਕ ਪ੍ਰਸ਼ਾਸਨ ਦਾ ਕੋਈ ਬੰਦਾ ਆਪਣੇ ਕੋਲ ਨਹੀਂ ਆਏਗਾ ਹਜੇ ਤੱਕ। ਕਿਸੇ ਅਧਿਕਾਰੀ ਨੂੰ ਕਿਸੇ ਨੂੰ ਸੂਚਿਤ ਕੀਤਾ ਕਿਸ ਬਾਬਤ? ਪਟਵਾਰੀ ਵਗੈਰਾ ਜਾਂ? ਹਾਂ, ਪਟਵਾਰੀ ਨੂੰ ਸੂਚਿਤ ਕੀਤਾ ਹੋਇਆ ਬਾਈ, ਤਹਿਸੀਲਦਾਰ ਨੂੰ ਵੀ ਕੋਲੇ ਵੀ ਅਸੀਂ ਦਿੱਤੀ ਹੋਈ ਅਰਜ਼ੀ ਦਿੱਤੀ ਸੀਗੀ, ਅਤੇ ਪਟਵਾਰੀ ਕਹਿੰਦਾ ਹੈਗਾ 2 ਦਿਨ ਪਹਿਲਾਂ ਕਹਿੰਦੇ ਸੀ ਆਉਣਾ, ਹੁਣ ਕਹਿੰਦਾ ਸੀ ਮੈਂ ਸ਼ਾਮ ਨੂੰ ਆਉਣਾ ਅੱਜ, ਅਤੇ ਵੇਖੋ ਅੱਜ ਸ਼ਾਮ ਨੂੰ ਆਉਂਦਾ ਹੈਗਾ। ਅਤੇ ਹੋਰ ਜਿਹੜਾ ਆਪਣੇ ਹਲਕੇ ਦੇ MLA ਆ ਪ੍ਰਿਤਪਾਲ ਸ਼ਰਮਾ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਕੱਲ੍ਹ ਕਾਲ ਕੀਤੀ ਸੀ, ਕਹਿੰਦੇ ਬਾਈ ਅਸੀਂ ਦਿੱਲੀ ਹਾਂ, ਸਾਡਾ ਇਲੈਕਸ਼ਨ ਚੱਲੀ ਜਾਂਦਾ ਅਤੇ ਮੈਂ ਆਉਣਾ ਤੁਹਾਡੇ ਕੋਲ ਆਊਂਗਾ, ਅਤੇ ਪਰ ਤੁਸੀਂ ਮੇਰੀ ਗੱਲ ਕਰਵਾ ਦਿਓ, ਪਟਵਾਰੀ ਨਾਲ ਕੋਈ ਚੱਕਰ ਨਹੀਂ, ਤੁਹਾਡਾ ਨੁਕਸਾਨ ਜਿਹੜਾ ਅਸੀਂ ਭਰਪਾਈ ਕਰਵਾਵਾਂਗੇ ਸਰ, ਜੋ ਵੀ ਤੁਹਾਡਾ ਹੋਇਆ, ਅਤੇ ਫਿਰ ਬਾਈ ਘਰੇ ਤੋਂ ਪਤਾ ਲੱਗੂ ਕੀ ਹੁੰਦਾ।